ਪਟਿਆਲਾ 'ਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਇੱਥੋਂ ਦੇ ਸੈਂਕੜੇ ਕਾਂਗਰਸੀਆਂ ਨੇ ਕਾਂਗਰਸ ਦਾ ਹੱਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਫੜ ਲਈ ਹੈ। ਕਾਂਗਰਸ ਨੂੰ ਮਿਲੇ ਇਸ ਝਟਕੇ ਤੋਂ ਬਾਅਦ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ 2017 'ਚ ਪਟਿਆਲਾ ਦੀ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ 'ਚ ਪਾਉਣ ਦਾ ਦਾਅਵਾ ਕੀਤਾ ਹੈ। ਮੈਂ ਸਮਝਦਾ ਅੱਜ ਜਿਹੜਾ 30 ਨੰਬਰ ਵਾਰਡ 'ਚ ਪ੍ਰੋਗਰਾਮ ਰੱਖਿਆ ਸ਼ੰਟੀ ਗਿੱਲ ਜੀ ਨੇ, 100 ਤੋਂ 150 ਕਾਂਗਰਸ ਦੇ ਪਰਿਵਾਰ ਜਿਹੜੇ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਨ ਜਾ ਰਹੇ ਨੇ। ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ, ਸ਼੍ਰੋਮਣੀ ਅਕਾਲੀ ਦਲ ਦਾ ਇਕੱਲਾ ਇਕੱਲਾ ਵਰਕਰ ਦਿਨ ਰਾਤ ਪਟਿਆਲਾ ਸ਼ਹਿਰ 'ਚ ਇਸੇ ਕੰਮ ਲੱਗਿਆ ਹੋਇਆ ਵੀ ਜਿਹੜੀ ਹਮੇਸ਼ਾ ਤੋਂ ਇਹ ਸੀਟ ਕਿਸੇ ਨਾ ਕਿਸੇ ਕਾਰਨ ਵਸ਼ ਕਿਤੇ ਸਾਡੀਆਂ ਗਲਤੀਆਂ ਕਹਿ ਸਕਦੇ ਹਾਂ ਕਾਂਗਰਸ ਦੀ ਝੋਲੀ 'ਚ ਪੈ ਜਾਂਦੀ ਹੈ, ਚਾਹੇ ਉਹ MLA ਦੀ ਹੋਵੇ ਚਾਹੇ ਉਹ MP ਦੀ ਹੋਵੇ। ਇਸ ਵਾਰ 2017 ਦੀ ਜਿਹੜੀ ਚੋਣ ਆ ਰਹੀ ਹੈ, ਜੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਲ ਸਾਹਿਬ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਲ ਸਾਹਿਬ ਨੇ ਜਿਹੜੇ ਕਿ ਵਿਕਾਸ ਦੇ ਮਸੀਹਾ ਮੰਨੇ ਜਾਂਦੇ ਨੇ, ਮੈਂ ਸਮਝਦਾ ਪੰਜਾਬ ਦੇ ਜੋ ਪੰਜਾਬ ਦੀ ਤਬਦੀਲੀ ਉਹਨਾਂ ਨੇ ਲਿਆਤੀ, ਦੋ ਮੈਂ ਸਮਝਦਾ ਬਾਪ ਪੁੱਤ ਨੇ ਦਿਨ ਰਾਤ ਮਿਹਨਤ ਕਰਕੇ, ਚਾਹੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਲ ਸਾਹਿਬ 90 ਸਾਲ ਦੀ ਉਮਰ 'ਚ ਹੋ ਕੇ ਵੀ ਦਿਨ ਰਾਤ ਲੋਕਾਂ ਦੇ ਵਿੱਚ ਵਿਚਰ ਰਹੇ ਨੇ, ਸੰਗਤ ਦਰਸ਼ਨ ਕਰ ਰਹੇ ਨੇ। ਉਵੇਂ ਤੁਸੀਂ ਦੇਖ ਸਕਦੇ ਹੋ ਪਟਿਆਲਾ ਸ਼ਹਿਰ ਵਿੱਚ ਮੇਰੇ ਪਿਤਾ ਭਗਵਾਨ ਦਾਸ ਨੇ ਜਿਸ ਦਿਨ ਦੀ ਇਲੈਕਸ਼ਨ ਲੜੇ ਨੇ, ਚਾਹੇ ਅਸੀਂ ਇਲੈਕਸ਼ਨ ਹਾਰ ਗਏ ਉਹਦੇ 'ਚ ਵੀ ਮੈਂ ਸਮਝਦਾ ਪਟਿਆਲਾ ਸ਼ਹਿਰ ਵਾਸੀਆਂ ਨੇ ਸਾਡਾ ਬੜਾ ਸਾਥ ਦਿੱਤਾ। 22 ਦਿਨਾਂ ਦੇ ਅੰਦਰ ਸਾਨੂੰ 22 ਦਿਨ ਦਾ ਸਮਾਂ ਮਿਲਿਆ ਸੀਗਾ, ਉਹਦੇ ਪਟਿਆਲਾ ਸ਼ਹਿਰ ਵਾਸੀ ਨੇ 30,000 ਵੋਟਾਂ ਪਾਈਆਂ। ਪਰ ਮੈਂ ਸਮਝਦਾ ਕਿਤੇ ਨਾ ਕਿਤੇ ਸਾਨੂੰ ਲੋਕਾਂ ਨੂੰ ਮਿਲਣ 'ਚ ਸਮਾਂ ਲੱਗ ਗਿਆ, ਆਪਦੀ ਗੱਲ ਸਮਝਾਉਣ ਸਮਾਂ ਲੱਗ ਗਿਆ, ਨਹੀਂ ਤਾਂ ਪਟਿਆਲਾ ਸ਼ਹਿਰ ਵਾਸੀਆਂ ਨੇ ਜਿਹੜੀ ਬਾਈ ਇਲੈਕਸ਼ਨ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 'ਚ ਸੀਟ ਪਾਤੀ ਸੀ। ਪਰ 2017 ਦੀ ਚੋਣ 'ਚ ਜਿਵੇਂ ਤੁਸੀਂ ਖੁਦ ਆਪ ਦੇਖ ਸਕਦੇ ਹੋ, ਰਾਤ ਦੇ 7 ਵਜੇ ਦਾ ਸਮਾਂ ਹੋਇਆ ਹੋਇਆ, ਕਿਵੇਂ ਬਜ਼ੁਰਗ ਔਰਤਾਂ, ਬਜ਼ੁਰਗ ਬੰਦੇ, ਨੌਜਵਾਨ ਵੀਰ ਹਮ ਹਮ ਆ ਕੇ ਚਾਹੇ ਉਹ ਦੂਜੀਆਂ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਰਹੇ ਹੈ। ਔਰ ਮੈਂ ਸ਼ੰਟੀ ਗਿੱਲ ਜੀ ਨੂੰ, ਸਾਰਿਆਂ ਨੂੰ, ਇਹਨਾਂ ਨੂੰ, ਸਾਰੀ 30 ਨੰਬਰ ਵਾਰਡ 'ਚ ਜਿੰਨੀ ਵੀ ਇਹਨਾਂ ਦੀ ਐਸੋਸੀਏਸ਼ਨ ਹੈ, ਸੋਨੂੰ ਭਗਵਾਨ ਜੀ ਉਹਨਾਂ ਦੀ, ਇਹਨਾਂ ਨੇ ਰਲ ਮਿਲ ਕੇ ਜੋ ਹਮਲਾ ਮਾਰਿਆ, ਮੈਂ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਦਾ ਧੰਨਵਾਦ ਕਰਦਾ। ਔਰ ਜਿੰਨੇ ਬੰਦੇ ਅੱਜ ਜੁਆਇਨ ਕਰਨ ਲੱਗੇ ਨੇ, ਕਿਉਂਕਿ ਜਿਹੜੀ ਵਿਕਾਸ ਦੀ ਇੱਕ ਇਹ ਸਿੱਧਾ ਤੇ ਸਿੱਧਾ ਫਤਵਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ, ਜਿਸ ਹਿਸਾਬ ਨਾਲ ਲੋਕ ਜੁਆਇਨ ਕਰ ਰਹੇ ਨੇ। ਅੱਜ ਤੋਂ ਕੁਝ ਦਿਨ ਪਹਿਲਾਂ ਹੀ ਪਟਿਆਲਾ ਸ਼ਹਿਰ ਦੇ ਧਨੰਤਰ ਕਾਂਗਰਸ ਦੇ ਲੀਡਰ ਕਬੀਰ ਦਾਸ ਜੀ, ਜਿਹੜੇ 40 ਸਾਲਾਂ ਤੋਂ ਕਾਂਗਰਸ ਦੇ ਪ੍ਰਧਾਨ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਦੀ ਸੇਵਾ ਕਰਦੇ ਆ ਰਹੇ ਨੇ, ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸਨ, ਉਹਨਾਂ ਦੇ ਬੇਟੇ ਇਲੈਕਟਿਡ ਪ੍ਰੈਜੀਡੈਂਟ ਸਨ, ਦੋਨੋਂ ਆਪਦੇ 100 ਦੀ ਗਿਣਤੀ 'ਚ ਪਰਿਵਾਰਾਂ ਦੀਆਂ ਨੇ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ। ਉਹ ਇਸੇ ਗੱਲ ਕਾਰਨ ਵੀ ਸ਼੍ਰੋਮਣੀ ਅਕਾਲੀ ਦਲ ਦਿਨ ਰਾਤ ਲੋਕਾਂ ਦੀ ਸੇਵਾ ਕਰ ਰਿਹਾ, ਔਰ ਪਟਿਆਲੇ ਸ਼ਹਿਰ 'ਚ ਇੱਕ ਲਾਮਿਸਾਲ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਉਹਨੂੰ ਦੇਖਦੇ ਹੋਏ ਮੈਂ ਸਮਝਦਾ ਕਿਤੇ ਇਹਦੇ ਵਿਰੋਧੀ ਵੀ ਘਬਰਾਏ ਹੋਏ ਨੇ। ਔਰ 2017 ਦੀ ਪਟਿਆਲਾ ਦੀ ਸੀਟ ਤੇ ਜਿੱਤ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਦੀ ਝੋਲੀ 'ਚ ਪਾਵਾਂਗੇ। ਵਾਲੇ ਦਿਨਾਂ 'ਚ ਵਰਕਰਸ ਦਾ ਪਾਰਟੀ ਅਦਲਾ ਬਦਲੀ ਦਾ ਇਹ ਸਿਲਸਿਲਾ ਹੋਰ ਵੀ ਤੇਜ਼ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਦੁਬਈ ਗਲੋਬਲ ਅਚੀਵਰ ਅਵਾਰਡ ਨਾਲ ਸਨਮਾਨਿਤ, IPMT ਯੂਨੀਵਰਸਿਟੀ ਅਤੇ PTU ਤੋਂ ਮਾਨਤਾ ਪ੍ਰਾਪਤ, 10ਵੀਂ ਅਤੇ +2 ਤੋਂ ਬਾਅਦ OT, DMLT, ਐਕਸ-ਰੇ, ਆਪਥਲੈਮਿਕ ਅਸਿਸਟੈਂਟ, ECG, ਫਿਜ਼ੀਓਥੈਰੇਪੀ ਡਿਪਲੋਮੇ, ਇੱਥੇ ਕੰਪਿਊਟਰਾਈਜ਼ਡ ਲੈਬ, ਆਪਰੇਸ਼ਨ ਥੀਏਟਰ, ਐਕਸ-ਰੇ ਪਲਾਂਟ, ECG ਮਸ਼ੀਨ, ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਵੀ ਮੌਜੂਦ ਹਨ। ਹੋਸਟਲ ਵਿੱਚ ਖਾਣੇ ਦਾ ਖਾਸ ਪ੍ਰਬੰਧ। ਅੱਜ ਹੀ ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਨੇੜੇ ਸ਼ਿਵ ਮੰਦਿਰ, ਪਟਿਆਲਾ।